ਵਲਵਿੱਤਸਾ ਮੈਂਦਰਸਾ ਅچھا ਮਹਿੰਦਰ ਸਿੰਘ ਜੀ ਕਿਸਾਨੀ ਸੰਘਰਸ਼ ਦੇ ਵਿੱਚ ਸਰਦਾਰ ਜਰਨੈਲ ਸਿੰਘ ਨੇ ਬਹੁਤ ਵੱਡਾ ਸੰਯੋਗ ਜਿਹੜਾ ਕਿ ਉਹਨਾਂ ਨੇ ਦਿੱਲੀ ਦੇ ਵਿੱਚ ਸ਼ਹਾਦਤ ਵੀ ਦਿੱਤੀ ਹੈ ਤੇ ਅੱਜ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਹੈ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਸਾਨੂੰ ਬਹੁਤ ਮਾਣ ਹੈ ਸਾਡੇ ਪਿੰਡ ਦਾ ਸ਼ਹੀਦ ਹੋਇਆ ਉੱਥੇ ਅੰਦੋਲਨ ਚ ਤੇ ਉਹਦੀ ਕਮੀ ਤਾਂ ਅਸੀਂ ਪੂਰੀ ਨਹੀਂ ਕਰ ਸਕਦੇ ਪਰ ਜਿੰਨਾ ਹੋ ਸਕਿਆ ਉਹਦੇ ਪਰਿਵਾਰ ਦੇ ਨਾਲ ਰਵਾਂਗੇ ਤੇ ਇਸ ਜਥੇਬੰਦੀ ਨੂੰ ਬਹੁਤ ਚੜ੍ਹ ਕੇ ਅੱਗੇ ਲਿਜਾਣ ਦੀ ਕੋਸ਼ਿਸ਼ ਕਰਾਂਗੇ ਸਹਿਯੋਗ ਦੇਵਾਂਗੇ ਜਥੇਬੰਦੀ ਨੂੰ ਨਾਲ ਪਰਿਵਾਰ ਨੂੰ ਵੀ ਸਹਿਯੋਗ ਦੇਵਾਂਗੇ ਅੱਛਾ ਵੀਰ ਜੀ ਤੁਹਾਡਾ ਬੜਾ ਵੱਡਾ ਸਹਿਯੋਗ ਹੈ ਕਿਸਾਨ ਜਥੇਬੰਦੀਆਂ 'ਚ ਤੁਸੀਂ ਇੱਕ ਆਗੂ ਵੀ ਜੇ ਤੇ ਤੁਸੀਂ ਆਗੂ ਜਿਹੜਾ ਕਿ ਸਰਦਾਰ ਜਰਨੈਲ ਸਿੰਘ ਤੁਸੀਂ ਉਹ ਤੁਹਾਡੇ ਕਹਿਣ ਤੇ ਜਾਂ ਕਿਸਾਨ ਜਥੇਬੰਦੀਆਂ ਦੇ ਕਹਿਣ ਤੇ ਦਿੱਲੀ ਵਰ ਕਈ ਵਾਰ ਗੇੜੇ ਲਾਏ ਉਹਨਾਂ ਨੇ ਔਰ ਉਥੇ ਉਹਨਾਂ ਨੇ ਸ਼ਹਾਦਤ ਵੀ ਪ੍ਰਾਪਤ ਕੀਤੀ ਹੈ ਐਡੀ ਵੱਡੀ ਜਿਹੜਾ ਉਹਨਾਂ ਨੇ ਕੁਰਬਾਨੀ ਕੀ ਦਿੱਤੀ ਹੈ ਪਿੱਛੇ ਉਹਨਾਂ ਦੇ ਪਰਿਵਾਰ ਦੀ ਦੇਖਭਾਲ ਤੁਸੀਂ ਕਿਸਾਨ ਜਥੇਬੰਦੀਆਂ ਕੀ ਕਰੋਗੇ ਉਹਨਾਂ ਬਾਰੇ ਕੀ ਤੁਸੀਂ ਸੋਚਿਆ ਜੀ ਮੈਂ ਧਰਮ ਸਿੰਘ ਸਿੱਧੂ ਜੋਨ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਅਸੀਂ ਸ਼ਹੀਦ ਜਰਨੈਲ ਸਿੰਘ ਦੇ ਪਰਿਵਾਰ ਨੂੰ ਉੱਚੇਚੇ ਤੌਰ ਤੇ ਸਾਰੀ ਸੰਗਤ ਜਿਹੜੀ ਹੈ ਪਿੰਡ ਦੀ ਸੰਗਤ ਸਾਰੇ ਜਿਹੜੀ ਜੋਨ ਦੇ ਆਗੂ ਸਹਬਾਨ ਨੇ ਉਹ ਇੱਥੇ ਪਹੁੰਚੇ ਨੇ ਸਰਦਾਰ ਜਰਨੈਲ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕਰਨ ਦੇ ਵਾਸਤੇ ਸਾਨੂੰ ਬੜਾ ਮਾਣ ਹੈ ਕਿ ਸਾਡੇ ਇਲਾਕੇ ਦਾ ਸਰਦਾਰ ਜਰਨੈਲ ਸਿੰਘ ਜਿਹੜਾ ਉਹ ਇਸ ਸੰਘਰਸ਼ ਦੇ ਵਿੱਚ ਸ਼ਹਾਦਤ ਪਾ ਗਿਆ ਪਰ ਇਸ ਸੰਘਰਸ਼ ਨੂੰ ਜਿਤਾ ਗਿਆ ਉਹ ਅਸੀਂ ਇਹਨਾਂ ਨੂੰ ਵਿਸ਼ਵਾਸ ਪਹਿਲਾਂ ਵੀ ਦਵਾਇਆ ਹੁਣ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਵਿਸ਼ਵਾਸ ਦਵਾਉਣੇ ਆ ਕਿ ਪਰਿਵਾਰ ਦੇ ਨਾਲ ਪਰਿਵਾਰ ਦੇ ਨਾਲ ਹਮੇਸ਼ਾ ਡਟ ਕੇ ਖੜੇ ਰਾਵਾਂਗੇ ਕਿਸੇ ਕਿਸਮ ਦੀ ਪਰਿਵਾਰ ਨੂੰ ਇਹ ਕਮੀ ਮਹਿਸੂਸ ਨਹੀਂ ਹੋਣ ਦਾਂਗੇ ਕਿ ਜੇ ਜਰਨੈਲ ਸਿੰਘ ਹੁੰਦਾ ਤਾਂ ਸਾਡਾ ਪਰਿਵਾਰ ਜਿਹੜਾ ਅੱਜ ਬਲੰਦੀਆਂ ਤੇ ਹੋਣਾ ਸੀ ਅਸੀਂ ਇਹਨਾਂ ਨੂੰ ਮਾਣ ਦਵਾਵਾਂਗੇ ਕਿ ਇਹ ਮਾਣ ਇਸ ਗੱਲ ਦਾ ਕਰਨ ਕਿ ਸਾਡੇ ਪਿਤਾ ਜੀ ਨੇ ਸ਼ਹਾਦਤ ਦਿੱਤੀ ਸੀ ਜਿਸ ਕਰਕੇ ਸਾਡਾ ਪਰਿਵਾਰ ਬਲੰਦੀਆਂ ਤੇ ਪਹੁੰਚ ਗਿਆ